ਹਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਚਲੋ ਅੱਗੇ ਚੱਲਦੇ ਹਾਂ ਅਮਰ ਦੀਆਂ ਮਿੱਠੀਆਂ ਯਾਦਾਂ ਲੈ ਕੇ ਤੇ ਅੱਜ ਅਮਰ ਦਾ ਬਰਥਡੇ ਹੈ ਤੇ ਕੁਝ ਸਪੈਸ਼ਲ ਹੋਣਾ ਸੀ ਉਹਦੇ ਬਰਥਡੇ ਤੇ ਤਾਂ ਜੋ ਕੁ ਸਪੈਸ਼ਲ ਹੋਇਆ ਉਹ ਮੈਂ ਤੁਹਾਨਾਂ ਸਾਰਾ ਸ਼ੇਅਰ ਕਰਨ ਜਾ ਰਹੀ ਹਾਂ ਤਾਂ ਇੱਕ ਸਾਰਿਆਂ ਨੂੰ ਸ ਨਿਮਰ ਬੇਨਤੀ ਕਰਨਾ ਚਾਹੁੰਦੀ ਹਾਂ ਵੀਡੀਓ ਪੂਰੀ ਐਂਡ ਤੱਕ ਦੇਖਿਆ ਕਰੋ ਜੋ ਨਵੇਂ ਵੀਵਰਸ ਜੁੜਨਗੇ ਉਸ ਫਰਸਟ ਪਾਰਟ ਤੋਂ ਜ਼ਰੂਰ ਸੁਣਨ ਵੀਡੀਓ ਤਾਂ ਅਮਰ ਦੀਆਂ ਮਿੱਠੀਆਂ ਯਾਦਾਂ ਵਿੱਚ ਸ਼ਾਮਲ ਹੋ ਸਕੋਗੇ ਤਾਂ ਅਮਰ ਦਾ ਜੀਵਨ ਕਿਹੋ ਜਿਹਾ ਸੀ ਤੇ ਕੀ ਹੋਇਆ ਅਮਰ ਨਾਲ ਅਮਰ ਇੱਕ ਰੱਬ ਰੂਪ ਸ਼ਖਸੀਅਤ ਹੈ ਤਾਂ ਉਸ ਪਾਰੇ ਚਲੋ ਅਸੀਂ ਪੂਰਾ ਜਾਣਾਂਗੇ ਅਮਰ ਬਾਰੇ ਜੰਮੂ ਜਾਣ ਲਈ ਮੇਰੀ ਤਿਆਰੀ ਹੋ ਗਈ ਸੀ ਮੇਰਾ ਵੱਡਾ ਵੀਰ ਮੇਰ ਨਾਲ ਜਾਣ ਲਈ ਵੀ ਤਿਆਰ ਹੋ ਗਿਆ ਵੀਰਾ ਕਹਿਣ ਲੱਗਾ ਕੱਲੀ ਨੂੰ ਨਹੀਂ ਭੇਜਣਾ ਅੱਜ ਮੈਂ ਆਪਣੇ ਮਾਪੇ ਤੇ ਅਮਰ ਦੇ ਮਾਪੇ ਦੇ ਦਿਲੋਂ ਧੰਨਵਾਦੀਆਂ ਸਾਨੂੰ ਇੰਨਾ ਪਿਆਰ ਦੇਣ ਵਾਲੇ ਸਾਡੀ ਫੁੱਲਾਂ ਵਾਂਗ ਕੇਅਰ ਕਰਨ ਵਾਲੇ ਮਾਪੇ ਰੰਬੀ ਰੂਪ ਹਰ ਜਨਮ ਵਿੱਚ ਇਹੀ ਸਾਡੇ ਮਾਪੇ ਬਣ ਕੇ ਮਿਲਣ ਸਾਨੂੰ ਮੈਂ ਇਹੀ ਅਰਦਾਸ ਕਰਦੀ ਆ ਪ੍ਰਮਾਤਮਾ ਅਕੀ ਕਦੇ ਵੀ ਉਹਨਾਂ ਨੇ ਫਰਕ ਨਹੀਂ ਕੀਤਾ ਨਾ ਅਮਰ ਦੇ ਮਾਪੇ ਨੇ ਨਾ ਮੇਰੇ ਨੇ ਆਪਣੀਆਂ ਬੱਚੀਆਂ ਵਾਂਗੂ ਦੋਨਾਂ ਨੇ ਇੰਨਾ ਪਿਆਰ ਕਰਨਾ ਜੇ ਦੇਖੋ ਇਹੀ ਪਰਿਵਾਰ ਹੁੰਦਾ ਸਾਰਾ ਅਸੀਂ ਵੀ ਦੋ ਭੈਣਾਂ ਦੋ ਭਰਾ ਸੀਗੇ ਤਾਂ ਆਪਚ ਸਾਡਾ ਬਹੁਤ ਜ਼ਿਆਦਾ ਪਿਆਰ ਬਹੁਤ ਖੁਸ਼ਹਾਲ ਪਰਿਵਾਰ ਸਾਡਾ ਅਸੀਂ ਕਿਤੇ ਵੀ ਜਾਣਾ ਤਾਂ ਚਾਰਾਂ ਨੇ ਇਕੱਠਿਆਂ ਹੀ ਜਾਣਾ ਚਾਹੇ ਰਿਸ਼ਤੇਦਾਰੀ 'ਚ ਜਾਣਾ ਜਾਂ ਘੁੰਮਣ ਫਿਰਨ ਜਾਣਾ ਕਿਸੇ ਲਈ ਕੋਈ ਮਜਬੂਰੀ ਹੋ ਜਾਣੀ ਤਾਂ ਦੋ ਜਾਣਿਆਂ ਦਾ ਇਕੱਠੇ ਜਾਣਾ ਹੀ ਜਾਣਾ ਮੈਂ ਵੀ ਬੋਟ ਲਾੜਨੀ ਸੀ ਆਪਣੇ ਘਰ ਵਿੱਚ ਜੋ ਡਰਾਈਵਰ ਆ ਗਿਆ ਅਸੀਂ ਸਾਝਰੇ ਹੀ ਚੱਲ ਪਏ ਸੀ ਜੰਮੂ 6:00 ਵਜੇ ਜੰਮੂ ਜਾਣ ਨੂੰ ਪੰਜਾਬ ਤੋਂ ਸਾਢੇ 4 ਘੰਟੇ ਦਾ ਟਾਈਮ ਲੱਗਦਾ ਮੰਮੀ ਨੇ ਮਠਾਈਆਂ ਦੇ ਡੱਬੇ ਲੈ ਅਮਰ ਲਈ ਗਿਫਟ ਲੈਣਾ ਲਈ ਸੁਗਾਤਾ ਬਹੁਤ ਕੁਝ ਲੈ ਕੇ ਦਿੱਤਾ ਮੈਨੂੰ ਮੈਂ ਅਮਰ ਲਈ ਸਪੈਸ਼ਲ ਕੁਝ ਲਿਆ ਕੀ ਲਿਆ ਸੁੱਖਾਂ ਦੀ ਮਣੀ ਸੁਖਮਨੀ ਸਾਹਿਬ ਤੇ ਜਾਪ ਸਾਹਿਬ ਦੀ ਸਟਿੱਕ ਲਈ ਨਿਤਨੇਮ ਵਿੱਚ ਸੁਖਮਿ ਸਾਭੀ ਸ਼ਾਮਲ ਕਰਨਾ ਚਾਹੀਦਾ ਹੈ ਸਾਨੂੰ ਜੇ ਸਮੇਂ ਦੀ ਕਮੀ ਹੈ ਤਰੂਰ ਥੋੜਾ-ਥੋੜਾ ਕਰਨਾ ਚਾਹੀਦਾ ਹੈ ਜਿਸਨਾ ਜੀਵਨ ਵਿੱਚ ਦੁੱਖ ਨਹੀਂ ਆਉਂਦੇ ਸਹਜ ਆ ਜਾਂਦਾ ਹੈ ਪਾਠ ਨਿਮਰਤਾ ਤੇ ਸਹਜ ਨਾਲ ਸਮਝ ਕੇ ਕਰੀਏ ਤਾਂ ਮਨ ਵੀ ਸਹਜ ਤੇ ਨਿਮਰਤਾ ਵਿੱਚ ਢਲ ਜਾਂਦਾ ਹੈ ਜੇ ਜੀਵਨ ਨੂੰ ਦੁੱਖ ਤਕਲੀਫ ਆਵੇ ਵਾਹਿਗੁਰੂ ਆਪ ਹੀ ਸਹਾਈ ਹੁੰਦੇ ਹਨ ਤੇ ਦੁੱਖ ਤਕਰੀਫਾਂ ਨੂੰ ਕਿਵੇਂ ਦੂਰ ਕਰਦੇ ਹਨ ਉਹ ਸ਼ਕਤੀ ਪ੍ਰਦਾਨ ਕਰਦੇ ਹਨ ਤੇ ਇਨਸਾਨ ਨੂੰ ਕਿੰਨਾ ਵੀ ਦੁੱਖ ਵਿਪਤਾ ਆ ਜਾਵੇ ਮਹਿਸੂਸ ਨਹੀਂ ਹੋਣ ਦਿੰਦੇ ਸੁਖਮੀ ਸਾਹਿਬ ਜੀ ਦੀਆਂ ਇਹ ਤੁਕਾਂ ਸੁਖਮਨੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ ਬਹੁਤ ਗਹਿਰਾਈ ਹੈ ਤੇ ਸੱਚ ਹੈ ਅਸੀਂ 11:00 ਵਜੇ ਜੰਮੂ ਪਹੁੰਚ ਗਏ ਅਮਰ ਨੂੰ ਨਹੀਂ ਪਤਾ ਸੀ ਮੈਂ ਪਹੁੰਚ ਰਹੀ ਹਾਂ ਜੰਮੂ ਸਰਪ੍ਰਾਈਜ਼ ਉਹ ਦੇਣਾ ਸੀਗਾ ਉਹਦਾ ਬਰਥਡੇ ਵੀ ਸਵੇਰੇ ਹੀ ਕੱਢ ਦਿੱਤੀ ਸੀ ਜਾ ਕੇ ਡੋਰ ਬੈਲ ਕੀਤੀ ਤਾਂ ਜਮਨਾ ਨੇ ਆ ਕੇ ਗੇਟ ਖੋਲ੍ਹਿਆ ਜਮਨਾ ਅਮਰ ਹੁਣਾਂ ਦੇ ਘਰ ਪੱਕੀ ਹੀ ਰਹਿੰਦੀ ਸੀ ਸਵੇਰ ਤੋਂ ਸ਼ਾਮ ਤੱਕ ਸਾਰਾ ਦਿਨ ਘਰ ਕੰਮ ਕਰਨ 'ਚ ਹੈਲਪ ਕਰਦੀ ਸੀਗੀ ਸਾਰਾ ਦਿਨ ਨਾ ਸ਼ਾਮ ਨੂੰ ਵਾਪਸ ਚਲੇ ਜਾਂਦੀ ਸੀ ਘਰ ਨੂੰ ਉਹ ਮੈਨੂੰ ਦੇਖ ਕੇ ਉੱਚੀ ਬੋਲੀ ਰੀਤ ਬਾਬਾ ਆਈ ਹੈ ਅਮਰ ਬਾਹਰ દોੜੀ ਆਈ ਮੇਰੇ ਗਲੇ ਲੱਗੀ ਜਿਵੇਂ ਕੋਈ ਗਵਾਚੀ ਚੀਜ਼ ਲੱਭ ਗਈ ਹੋਵੇ ਪਿੱਛੇ ਦੋਵੇਂ ਭੈਣਾਂ ਵੀ ਸਾਰੀਆਂ ਮੇਰੇ ਨਾਲ ਚੁੰਮਣ ਗਈਆਂ ਅਮਰ ਤੇ ਮੰਮੀ ਵੀ ਆ ਗਏ ਫਿਰ ਮੈਂ ਉਹਨਾਂ ਨੂੰ ਵੀ ਮਿਲੀ ਉਹਨਾਂ ਨੇ ਮੈਨੂੰ ਘੂਟ ਕੇ ਗਲੇ ਨਾਲ ਲਾ ਲਿਆ ਤੇ ਕਹਿਣ ਲੱਗੇ ਤੇਰੇ ਆਉਣ ਨਾਲ ਕਿੰਨੀ ਖੁਸ਼ੀ ਆ ਗਈ ਘਰ ਵਿੱਚ ਦੱਸਿਆ ਕੋਈ ਆਣਵਾਰੇ ਵੀਰੇ ਨੇ ਅੰਕਲ ਆਂਟੀ ਨੂੰ ਮੱਥਾ ਟੇਕਿਆ ਸਾਡਾ ਭੈਣ ਭਰਾ ਦਾ ਡੈਡੀ ਨੇ ਸਿਰ ਪੋਲਸਿਆ ਤੇ ਦੋਨਾਂ ਨੂੰ ਆਪਣੇ ਗਲ ਨਾਲ ਲਾ ਲਿਆ ਘਰ ਬਹੁਤ ਹੀ ਸੋਹਣਾ ਲੱਗ ਰਿਹਾ ਸੀ ਅਮਰਦਾਸ ਜੀ ਬੈਠਕ ਦੀ ਖੂਬ ਸਜਾਵਟ ਕੀਤੀ ਹੋਈ ਸੀ ਜਦ ਤੱਕ ਜਮਨਾ ਚਾਹ ਵੀ ਬਣਾ ਕੇ ਲੈ ਆਈ ਚਾਹ ਪੀਂਦੇ ਆਵੇ ਅਮਰ ਦੇ ਭੂਆ ਦਾ ਫੋਨ ਆ ਗਿਆ ਮੁੰਡਾ ਤੇ ਉਸ ਦੇ ਘਰ ਦੇ ਆ ਨੇ ਅੱਜ ਆਉਣਾ ਹੈ ਭੂਆ ਅੱਜ ਕਹਿਣ ਲੱਗੇ ਡੈਡੀ ਜੀ ਨੂੰ ਰਿਸ਼ਤਾ ਪੱਕਾ ਤਾਂ ਹੋ ਗਿਆ ਚਲੋ ਅੱਜ ਅਮਰ ਦਾ ਜਨਮ ਦਿਨ ਵੀ ਹੈ ਰੋਕਾ ਕਰ ਲੈਂਦੇ ਆ ਬਾਕੀ ਵਿਆਹ ਦੀ ਗੱਲਬਾਤ ਬੈਠ ਕੇ ਕਰ ਲਵਾਂਗੇ ਕਿਉਂਕਿ ਮੁੰਡੇ ਵਾਲੇ ਬਹੁਤ ਖਾਲੇ ਪਏ ਹੋਏ ਸੀਗੇ ਤੇ ਅਮਰ ਦੇ ਡੈਡੀ ਨੇ ਹਾਂਮੀ ਭਰ ਦਿੱਤੀ ਸਾਰੇ ਤਿਆਰੀ ਵਿੱਚ ਜੁਟ ਗਏ ਅਮਰ ਦੇ ਡੈਡੀ ਨੇ ਅਮਰ ਦੀ ਮਾਸੀ, ਮਾਮੇ ਤੇ ਚਾਚਾ ਜੀ ਨੂੰ ਫਟਾਫਟ ਫੋਨ ਕਰ ਦਿੱਤਾ ਤੁਸੀਂ 2 ਵਜੇ ਤੱਕ ਸਾਰੇ ਪਹੁੰਚੋ ਇਦਾਂ ਇਦਾਂ ਪ੍ਰੋਗਰਾਮ ਬਣ ਗਿਆ ਹੈ ਕਿਸੇ ਨੂੰ ਡੇਢ ਘੰਟਾ ਤੇ ਕਿਸੇ ਨੂੰ 2 ਕੋ ਘੰਟੇ ਜੰਮੂ ਪਹੁੰਚਣ ਲੱਗ ਜਾਣੇ ਸੀਗੇ ਸਾਰਿਆਂ ਨੇ ਖੁਸ਼ੀ ਜ਼ਾਹਰ ਕੀਤੀ ਤੇ ਕਹਿਣ ਲੱਗੇ ਚਿੰਤਾ ਨਾ ਕਰੋ ਪਹੁੰਚ ਜਾਵਾਂਗੇ ਅਸੀਂ ਦਰ ਰਸਤੇ ਜੋ ਕੁਝ ਲੈਣਾ ਹੈ ਤਾਂ ਦੱਸੋ ਫਿਰ ਡੈਡੀ ਨੇ ਉਹਨਾਂ ਨਾਲ ਆਪਸ ਵਿੱਚ ਸਲਾਹ ਕਰ ਲਈਆਂ ਸਾਰਿਆਂ ਨੂੰ ਇਦਾਂ ਲੱਗਦਾ ਸੀ ਜਿਵੇਂ ਆਪਣਾ ਹੀ ਘਰ ਦਾ ਖਾਸ ਪ੍ਰੋਗਰਾਮ ਹੈ ਸਭ ਤਿਆਰੀਆਂ 'ਚ ਟੁੱਟ ਗਏ ਬਹੁਤ ਸਤਿਕਾਰ ਪਿਆਰ ਆਪਣਾਪਨ ਹੁੰਦਾ ਸੀ ਜੇ ਅੱਜ ਦੀ ਗੱਲ ਕਰੀਏ ਇਹ ਮੋਕਾ ਅੱਜ ਦੇ ਸਮੇਂ ਦਾ ਹੁੰਦਾ ਪਹਿਲਾਂ ਕਿਸੇ ਨੂੰ ਫੋਨ ਕਰਨ ਤੋਂ 50 ਵਾਰ ਸੋਚਣਾ ਪੈਂਦਾ ਜੇ ਫੋਨ ਕਰ ਹੀ ਲਿਆ ਜਾਵੇ ਤਾਂ ਸੁਣਨ ਨੂੰ ਮਿਲੇਗਾ ਤਾਂ ਹੀ ਮਨਾ ਲਈ ਦੱਸਿਆ ਤੁਸੀਂ ਰਹਿਣ ਦੇਣਾ ਸੀ ਸਾਨੂੰ ਕਹਿਣ ਲਈ ਦੇਖਾਂਗੇ ਜੇ ਆ ਹੋਇਆ ਫਲਾਣਾ ਤਾਂ ਕਰ ਹੈ ਨਹੀਂ ਕਿੱਦਾਂ ਆਵਾਂਗੇ ਇਦਾਂ ਇਦਾਂ ਦਾ ਰੁੱਖਾਪਨ ਕੜਵਾਹਟ ਤੇ ਕੋਈ ਖੁਸ਼ੀ ਨਹੀਂ 3 ਵਜੇ ਤੱਕ ਸਾਰੇ ਇਕੱਠੇ ਹੋ ਗਏ 4 ਵਜੇ ਮੁੰਡੇ ਵਾਲੇ ਵੀ ਆ ਗਏ ਤੇ ਮੁੰਡੇ ਵਾਲਿਆਂ ਨੇ ਕੀ ਕੀਤਾ ਤੁਹਾਡੇ ਨਾਲ ਕੱਲ ਸ਼ੇਅਰ ਕਰਾਂਗੇ ਜਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ